ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਕਹਾਣੀ ਵਿੱਚ। ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਉਹ ਕੁੰਗੜ ਕੇ ਬੈਠੀ ਸੀ ਤੇ ਅੰਦਰੋਂ-ਅੰਦਰ ਬਹੁਤ ਡਰ ਰਹੀ ਸੀ। ਤਿੰਨ ਲਾਵਾ ਹੋ ਗਈਆਂ ਸੀ। ਚੌਥੀ ਲਾਵਾ ਬਾਬਾ ਜੀ ਪੜ ਰਹੇ ਸੀ। ਤਾਂ ਪਿੱਛੋਂ ਰੌਲਾ ਪੈਣ ਲੱਗ ਪਿਆ। ਛੇਤੀ ਛੇਤੀ ਕੋਈ ਪਾਣੀ ਲੈ ਕੇ ਆਓ। ਗੱਡੀ ਕੱਢੋ। ਡਾਕਟਰ ਬੁਲਾਓ। ਦੌਰਾ ਲੱਗਦਾ ਹੈ ਦੌਰਾ ਸ਼ਬਦ ਸੁਣਦਿਆਂ ਉਹਦੀਆਂ ਅੱਖਾਂ 'ਚ ਆਪਣੀ ਮਾਂ ਦਾ ਚਿਹਰਾ ਆਇਆ ਪਿੱਛੇ ਮੁੜ ਕੇ ਵੀ ਨਹੀਂ ਸੀ ਦੇਖ ਸਕਦੀ ਕਿਉਂਕਿ ਕੁੰਡ ਕੱਢਿਆ ਹੋਇਆ ਸੀ ਕੁੰਡ ਕੀਵੇਂ ਚੁੱਕ ਕੇ ਦੇਖਦੀ ਚੌਥੀ ਲਾਮਵਾਰੀ ਕੋਨਿਆਂ ਵਿੱਚ ਖੜੇ ਭਰਾਵਾਂ 'ਚੋਂ ਇੱਕ ਭਰਾ ਨੂੰ ਬਦਲ ਦਿੱਤਾ ਗਿਆ ਸੀ ਸ਼ਾਇਦ ਉਹਦਾ ਵੀਰ ਮਾਂ ਨੂੰ ਡਾਕਟਰ ਕੋਲ ਲੈ ਕੇ ਗਿਆ ਹੋਣਾ ਵਾੜਕੇ ਤੋਰ ਦੇ ਮਾਮੇ ਦੇ ਮੁੰਡੇ ਨੇ ਉਹਦੇ ਕੰਨ ਵਿੱਚ ਹੌਲੀ ਦੇਣੀ ਕਿਹਾ ਭੈਣੇ ਠੀਕ ਆਪੂ ਆਜੀ ਮਾੜਾ ਜਿਹਾ ਚੱਕਰ ਆ ਗਿਆ ਸੀ ਤੇ ਪਿਛਲੇ ਕਮਰੇ ਵਿੱਚ ਪੈ ਗਏ ਮੰਮੀ ਕੋਲ ਲਏ ਉਹਨਾਂ ਦੇ ਤੂੰ ਫਿਕਰ ਨਾ ਕਰ ਮੱਥੇ ਤੇ ਤਰੇਲੀ ਆ ਗਈ ਸੀ ਉਹਦੇ ਉਹਨੇ ਕੰਬਦੀ ਨੇ ਚੌਥੀ ਲਾਮ ਲੈ ਲਈ ਉਹ ਰੋ ਰਹੀ ਸੀ ਪਰ ਕੁੰਡ ਥੱਲੇ ਉਹਦਾ ਰੋਣਾ ਕਿਸੇ ਨੂੰ ਨਹੀਂ ਸੀ ਦਿਖ ਰਿਹਾ ਲਾਵਾਂ ਲੈ ਕੇ ਸ਼ਗਨ ਦੀ ਰਸਮ ਕਰਕੇ ਬਰਾਤ ਰੋਟੀ ਖਾਣ ਲੱਗ ਪਈ। ਉਹਦੇ ਬਾਪੂ ਤੇ ਉਹਦੀ ਭੂਆ ਨੇ ਮੂੰਹ ਝਟਾਉਣ ਦਾ ਸ਼ਗਨ ਕੀਤਾ। ਭੂਆ ਦੇ ਹੱਥਾਂ ਦੀ ਛੋਹ ਤੇ ਮਾਂ ਦੇ ਹੱਥਾਂ ਦੀ ਛੋਹ ਨੂੰ ਉਹ ਚੰਗੀ ਤਰ੍ਹਾਂ ਜਾਣਦੀ ਸੀ। ਮਨ ਵਿੱਚ ਸੋਚ ਰਹੀ ਸੀ ਕਿ ਮਾਂ ਸ਼ਗਨ ਕਰ ਨਹੀਂ ਆਏ। ਜਾਦਾ ਬਿਮਾਰ ਨਾ ਹੋਵੇ। ਰਸਮਾਂ ਨਿਮੇੜ ਕੇ ਉਹ ਆਪਦੀ ਬਿਚੋਲਣ ਨਾਲ ਪਿਛਲੇ ਕਮਰੇ ਵਿੱਚ ਮਾਂ ਨੂੰ ਦੇਖਣ ਚਲੀ ਗਈ। ਵਿਚੋਲਣ ਬਾਹਰ ਖੜ ਗਈ ਉੱਥੇ ਮਾਂ ਨਹੀਂ ਸੀ ਉੱਥੇ ਉਹਦੀ ਭੂਆ ਤੇ ਉਹਦਾ ਪਿਓ ਕੁਸਰਮੋਸਰ ਕਰ ਰਹੇ ਸੀ ਉਹਨੇ कुंठ ਚੁੱਕ ਕੇ ਬਾਪੂ ਦਾ ਰੋਣ ਹਾਕਾ ਚਿਹਰਾ ਦੇ ਕੇ ਪੁੱਛਿਆ ਕਿੱਥੇ ਆ ਬੇਬੇ ਠੀਕ ਨਹੀਂ ਉਹਦੀ ਭੂਆ ਨੇ ਗੱਲ ਅੱਗੇ ਵਲਦੇ ਹੋਏ ਉਹਨੂੰ ਬੁੱਕਲ ਵਿੱਚ ਲੈਂਦੇ ਕਿਹਾ ਹਸਪਤਾਲ ਆ ਠੀਕ ਹੋ ਜੂ ਤੂੰ ਸ਼ਗਨਾ ਦੇ ਦਿਨ ਸੁਖੀ ਸੰਧੀ ਰੋਕੇ ਨਾ ਜਾ ਅਸੀਂ ਹੈਗੇ ਆ ਸਾਰੇ ਇੱਥੇ। ਉਹਦੀ ਭੂਭ ਨਿਕਲ ਗਈ। ਭੂਆ ਰੋਮਾ ਕਿਵੇਂ ਨਾ? ਮਾਂਏ ਤੇ ਉਹ ਤੋਂ ਬਿਨਾ ਮੈਂ ਕਿਵੇਂ ਤੁਰ ਜਾ ਸੋਹਰੇ? ਜਦੋਂ ਠੀਕ ਹੋ ਕੇ ਘਰ ਆਜੂ ਮੈਂ ਵੀ ਉਦੋਂ ਹੀ ਸੋਹਰੇ ਜਾਉ ਭੂਆ। ਭੂਆ ਨੇ ਬਾਪੂ ਵੱਲ ਦੇਖਦੇ ਕਿਹਾ ਜਿੱਦ ਨਾ ਕਰ ਬਾਪ ਵੱਲ ਦੇਖ। ਅੱਖਾਂ ਭਰ ਕੇ ਡੋਲਦੇ ਹੋਏ ਕਿਹਾ ਭੂਆ ਮਾਂ ਬਿਨਾ ਕੀਵੇਂ ਡੋਲੇ ਬੈਠ ਸਕਦੀ ਆ ਮੈਂ ਸਮਝਦੇ ਕਿਉਂ ਨਹੀਂ ਤੁਸੀਂ ਐਨੇ ਨੂੰ ਉਹਦਾ ਦੂਜਾ ਭਰਾ ਆਇਆ ਤੇ ਬਾਪੂ ਨੂੰ ਆਣ ਕੇ ਕਹਿੰਦਾ ਹੋਇਆ ਪੈਸੇਾਂ ਦਾ ਇੰਤਜ਼ਾਮ ਬਾਪੂ ਉਹ ਅੱਬੜ ਵਾਹੇ ਕਦੇ ਭਰਾ ਕਦੇ ਭੂਆ ਤੇ ਕਦੇ ਬਾਪੂ ਦੇ ਮੂੰਹ ਵੱਲ ਦੇਖਦੀ ਉਹਨੇ 파ਰਸ ਵਾਲੇ ਸਾਰੇ ਪੈਸੇ ਬਾਪੂ ਨੂੰ ਦਿੰਦੇ ਕਿਹਾ ਇਹ ਵਰਤਲਾ ਬਾਪੂ ਪਰ ਮਾਂ ਨੂੰ ਬਚਾਲਾ ਬਾਪੂ ਉਥੇ ਖੜੇ ਸਭ ਦੀਆਂ ਅੱਖਾਂ ਟਿੱਪ ਤੇ ਪਕਰ ਕੇ ਵਹਿ ਗਈਆਂ ਬਾਪੂ ਨੇ ਉਹਦੇ ਸਿਰ ਤੇ ਹੱਥ ਰੱਖਦਿਆਂ ਕਿਹਾ ਧੀਆ ਨੂੰ ਦੇਣਾ ਹੁੰਦਾ ਲੈਣਾ ਨਹੀਂ ਹੁੰਦਾ ਤੇ ਨਾਲੇ ਪੁੱਤ ਤੇਰੇ ਸ਼ਗਨਾਂ ਦੇ ਪੈਸੇ ਮੈਂ ਕਿਵੇਂ ਰੱਖ ਲਾਂ ਉਹ ਕਹਿੰਦੀ ਕਰਜ਼ ਸਮਝ ਕੇ ਰੱਖ ਲਾ ਬਾਪੂ ਮਾਂ ਜ਼ਰੂਰੀ ਆ ਬਚਾ ਲਾ ਮਾਂ ਨੂੰ ਐਨੇ ਨੂੰ ਬਚੋਲਣ ਆਗੀ ਤੇ ਕਹਿੰਦੀ ਕਿ ਚਲੋ ਭਾਈ ਤੋਰੀਏ ਕੁੜੀ ਨੂੰ ਪੂਣੇ ਛੱਟ ਦੇਣੇ ਹਾਮੀ ਭਰ ਦਿੱਤੀ ਜਿਵੇਂ ਸਾਰੇ ਕਿਸੇ ਅਣਹੋਣੀ ਤੋਂ ਡਰ ਰਹੇ ਹੋਣ ਕਿ ਕੁੜੀ ਸੁਖੀ ਸੰਧੀ ਵਿਦਾ ਹੋ ਜਾਵੇ ਉਹਨੇ ਚੁੰਨੀ ਠੀਕ ਕਰਦੀ ਨੇ ਕਿਹਾ ਪੂਆ ਹਾਲੇ ਤਾਂ ਦੋ ਵੀ ਨਹੀਂ ਵਜੇ ਥੋੜਾ ਚਿਰ ਹੋਰ ਰੁਕਜੋ ਮਾਂ ਦੀ ਸੁਖ ਸੰਦਾਜੇ ਕੀ ਪਤਾ ਡਾਕਟਰ ਰਾਜੀ ਕਰਕੇ ਹੁਣੀ ਮੋੜ ਦੇਵੇ ਮਾਨੂੰ ਤੇ ਵਿਚੋਲਣ ਦੇ ਪਿੱਛੇ ਬਾਹਰ ਨੂੰ ਚੱਲ ਪਏ ਪੂਆ ਨੇ ਉਹਦੀ ਗੱਲ ਅਣ ਸੁਣੀ ਕਰਕੇ ਉਹਦੀਆਂ ਅੱਖਾਂ ਦੁਆਲੇ ਫੈਲਿਆ ਸੁਰਮਾ ਪੇਟੀ ਤੇ ਪਈ ਉਹਦੀ ਮਾਂ ਦੀ ਚੁੰਨੀ ਨਾਲ ਠੀਕ ਕਰ ਦਿੱਤਾ ਮਾਂ ਦੀ ਉਹ ਸੁੱਤੀ ਚੁੰਨੀ ਜੋ ਉਹ ਰੋਜ਼ ਕਰ ਲੈਂਦੀ ਸੀ ਉਹ ਚੁੰਨੀ ਮਾਂ ਦੇ ਵੱਡੇ ਦੇ ਹੰਝੂ ਪੂੰਝ ਰਹੀ ਸੀ ਉਹਨੇ ਪੂਆ ਨੂੰ ਕਿਹਾ ਪੂਆ ਆ ਚੁੰਨੀ ਪਰਸ ਚ ਪਾ ਦੇ ਤੇ ਪੈਸੇ ਕੱਢ ਕੇ ਰੱਖ ਲੈ ਤੇ ਬਾਪੂ ਨੂੰ ਦੇ ਦੇ ਪੂਆ ਨੇ ਉਵੇਂ ਹੀ ਕੀਤਾ ਡੋਲੀ ਤੁਰ ਗਈ ਸਾਰੇ ਰਾਸਤੇ ਉਹ ਪਰਸ ਸੀਨੇ ਨਾਲ ਲਾ ਕੇ ਬੈਠੀ ਰਹੀ ਜਿਵੇਂ ਮਾਂ ਨੂੰ ਗਲ ਬੱਕੜੀ ਪਾਈ ਹੋਵੇ ਰੋਂਦੀ ਰਹੀ ਡਰਦੀ ਰਹੀ ਤੇ ਕਦੇ ਭੁੱਬ ਨਿਕਲਦੀ ਤਾਂ ਨਾਲ ਬੈਠੀ ਵਿਚੋਲਣ ਹੁਜ ਮਾਰ ਦਿੰਦੀ ਸੋਹਰੇ ਘਰ ਪੂਜੀ ਰਸਮ ਰਿਵਾਜ ਹੋਏ ਮੋਜ ਠਾਉਣ ਵਾਲੇ ਖੁਆਏ ਗਏ ਲੱਡੂ ਉਹਨੂੰ ਫੋਕੇ ਲੱਗ ਰਹੇ ਸੀ ਮਹਿੰਦੀ ਦਾ ਰੰਗ ਵੀ ਫਿੱਕਾ ਜਾਪ ਰਿਹਾ ਸੀ ਤੇ ਕਲੀੜਿਆਂ ਦੀ ਆਵਾਜ਼ ਉਹਨੂੰ ਕੰਨ ਚੀਰਦੀ ਹੋਈ ਲੱਗ ਰਹੀ ਸੀ ਮਾਂ ਬਗੈਰ ਕਿੰਨੇ ਚਾ ਮੱਠੇ ਪੈ ਗਏ ਸੀ ਉਹਦੇ ਪਿੰਡ ਦੀਆਂ ਬੁੜੀਆਂ ਮੂੰਹ ਦਿਖਾਈ ਕਰਨ ਲੱਗੀਆਂ ਕੁੰਡ ਚੁੱਕਦੀਆਂ ਤੇ ਫਿਰ ਮੂੰਹ ਜੋੜ-ਜੋੜ ਗੱਲਾਂ ਕਰਦੀਆਂ ਕਿ ਪੇਕਿਆਂ ਦਾ ਬਾਲਾ ਮੂੰਹ ਕਰਦੀ ਲੱਗਦੀ ਆ ਰੋ ਰੋ ਕੇ ਅੱਖਾਂ ਸੁਜਾਈ ਬੈਠੀ ਆ ਇੱਕ ਕਹਿੰਦੀ ਯਾਰ ਬਣਾਈ ਹੋਣੇ ਆ ਮਾਪਿਆਂ ਨੇ ਕਿਤੇ ਹੋਰ ਤੋੜਤੀ ਹੋਣੀ ਤਾਂ ਹੀ ਉਹ ਪੋਰਾ ਰੌਣਕ ਨਹੀਂ ਬਹੂ ਦੇ ਮੂੰਤੇ ਉਹ ਨੂੰ ਉਹ ਗੱਲਾਂ ਸੁਣ ਰਹੀਆਂ ਸੀ ਪਰ ਕੌੜੀਆਂ ਨਹੀਂ ਸੀ ਲੱਗ ਰਹੀਆਂ ਸੂਰਤ ਮਾਂ ਵਿੱਚ ਜੋ ਸੀ ਬੁੜੀਆਂ ਨੱਚਣ ਲੱਗੀਆਂ ਬੋਲੀਆਂ ਪਾਉਣ ਲੱਗੀਆਂ ਪਰ ਉਹਦਾ ਨੱਚਣ ਦਾ ਦਿਲ ਨਾ ਕੀਤਾ ਤੇ ਮਾੜਾ ਜਿਹਾ ਸ਼ਗਨ ਕਰਕੇ ਵਿਚੋਲਣ ਨੂੰ ਕਹਿ ਕੇ ਕਮਰੇ ਵਿੱਚ ਚਲੀ ਗਈ ਉਹਦੇ ਪਿੱਛੇ ਹੀ ਉਹਦੇ ਘਰ ਵਾਲਾ ਆ ਗਿਆ ਤੇ ਕਹਿੰਦਾ ਤਿਆਰ ਹੋ ਜਾ ਲਹਿੰਗਾ ਬਦਲ ਲੋ ਤੇ ਮੈਂ ਤੁਹਾਡੇ ਪਿੰਡ ਤੁਹਾਨੂੰ ਛੱਡ ਆਉਣਾ ਤੁਹਾਨੂੰ ਉਨੇਕੁੰਡ ਬੀਨਾ ਉੱਪਰ ਚੁਕੇ ਕਿਹਾ ਕਾਤੋਂ ਸਾਡੇ ਉਧਰ ਅਪਸ਼ਗਨ ਸਮਝਦੇ ਆਂ ਐਵੇਂ ਮੁੜ ਕੇ ਜਾਣਾ ਉਹ ਕਹਿੰਦਾ ਕਿ ਮਾਂ ਬਿਮਾਰ ਆ ਤੇਰੀ ਨਿੱਕੇ ਭੈਣ ਭਰਾਵਾਂ ਨੂੰ ਤੇਰੀ ਲੋੜ ਆ ਇਧਰ ਮਾਂ ਨੂੰ ਮੈਂ ਪੁੱਛ ਲਿਆ ਉਹ ਬਿਨਾ ਕਹੇ ਸੁਣੇ ਉਹਨੂੰ ਮਰੂਤੀ ਕਾਰ ਵਿੱਚ ਬਿਠਾ ਕੇ ਸੌਹਰੇ ਛੱਡਣ ਚੱਲ ਪਿਆ ਉੱਥੇ ਪੁੱਜੇ ਤਾਂ ਮੇਲ ਹੈਰਾਨ ਰਹਿ ਗਿਆ ਸਾਰੇ ਘਰ ਦੇ ਹੈਰਾਨ ਹੋ ਗਏ ਉਹਦੇ ਪਿਓ ਨੇ ਪਰੇਸ਼ਾਨ ਹੋ ਕੇ ਪੁੱਛਿਆ ਪੁੱਤ ਮੂੜ ਕਾ ਤੁਆਏ ਕੋਈ ਗਲਤੀ ਹੋਗੀ ਸਾਡੇ ਤੋਂ ਓਨੇ ਉਹਦੇ ਬਾਪੂ ਦਾ ਹੱਥ ਫੜਦੇ ਕਿਹਾ ਪੰਮੀ ਓਨੇ ਦਿਨ ਇੱਥੇ ਰਹੋਗੀ ਬਾਪੂ ਜੀ ਜਿੰਨੇ ਦਿਨ ਮਾਂ ਠੀਕ ਹੋ ਕੇ ਘਰ ਨਹੀਂ ਆ ਜਾਂਦੀ ਜਦ ਸਭ ਕੁਝ ਠੀਕ ਹੋ ਜੂ ਮੈਂ ਆਪ ਹੀ ਇਹਨੂੰ ਲੈ ਜਾਵਾਂ ਇਸ ਵਕਤ ਤੁਹਾਨੂੰ ਇਹਦੀ ਲੋੜ ਆ ਤੇ ਇਹਨੂੰ ਤੁਹਾਡੀ ਲੋੜ ਆ ਜਮਾਈ ਦੇ ਮੂੰਹੋਂ ਇਹ ਗੱਲਾਂ ਸੁਣ ਕੇ ਉਹਦਾ ਬਾਪੂ ਉਹਦੇ ਪੈਰੀ ਡਿਗ ਪਿਆ ਇੰਨਾ ਬੇਬਾ ਪੁੱਤ ਮਿਲਿਆ ਸਾਨੂੰ ਕੀ ਕਹੀਏ ਪੁੱਤ ਹੁਣ ਉਹ ਬਾਪੂ ਜੀ ਦੇ ਬਰੋਬਰ ਜ਼ਮੀਨ ਦੇ ਥੱਲੇ ਬੈਠ ਗਿਆ ਤੇ ਕਹਿੰਦਾ ਪੁੱਤ ਵੀ ਕਹਿਤਾ ਤੇ ਹੁਣ ਆਪਣੇ ਇਸ ਪੁੱਤ ਨੂੰ ਆਪਣਾ ਸਮਝ ਕੇ ਹਰ ਗੱਲ ਦੱਸਿਓ ਪੈਸੇ ਥੁੜਨ ਤੱਛੇ ਜਿ ਕਿਉਂ ਨਾ ਪੁੱਤ ਤੋਂ ਮੰਗਣ ਤੋਂ ਮੈਂ ਇਹਦਾ ਉਦਾਸੀ ਭਰਿਆ ਚਿਹਰਾ ਨਹੀਂ ਸੀ ਦੇਖ ਸਕਦਾ ਤਾਂ ਹੀ ਵਾਪਸ ਲੈ ਆਇਆ ਬਾਪੂ ਨੇ ਅੱਖਾਂ ਭਰ ਕੇ ਜਵਾਈ ਦਾ ਮੱਥਾ ਚੁੰਮ ਲਿਆ ਉਹ ਬਿਨਾ ਕੁਝ ਹੋਰ ਬੋਲੇ ਉਥੋਂ ਵਿਦਾ ਹੋ ਕੇ ਵਾਪਸ ਚਲਾ ਗਿਆ। ਉਹ ਚੂੜਾ ਪਾਈ ਖੜੀ ਮਾਂ ਬਾਰੇ ਸੋਚਦੀ ਰਹੀ। ਕੀ ਮਾਂ ਤੂੰ ਕਿੰਨੀ ਖੁਸ਼ ਹੋਣਾ ਸੀ ਜਦੋਂ ਆਪਣੇ ਐਨੇ ਚੰਗੇ ਜਵਾਈ ਨੂੰ ਦੇਖਦੀ। ਐਨੇ ਨੂੰ ਪੂਆ ਕਹਿੰਦੀ ਚੱਲ ਕੁੜੀਏ ਆਪਾਂ ਹਸਪਤਾਲ ਚੱਲੀਏ ਤੇਰਾ ਭਰਾ ਉਥੇ ਕੱਲਾ ਬੈਠਾ ਕੰਬੀ ਜਾਂਦਾ ਹੋਣਾ। ਟੈਂਪੂ ਤੇ ਬੈਠ ਕੇ ਉਹ ਹਸਪਤਾਲ ਨੂੰ ਚੱਲ ਪਈਆਂ। ਹਸਪਤਾਲ ਜਾਂਦੇ ਪਤਾ ਲੱਗਿਆ ਕੀ ਮਾਂ ਆਈ ਸੀ ਯੂ ਵਿੱਚ ਹਲੇ ਤੱਕ ਬੋਲੀ ਨਹੀਂ ਭੈਣ ਭਰਾ ਨੂੰ ਦੇਖ ਕੇ ਭੱਜ ਕੇ ਗਲ ਲਾ ਕੇ ਰੋਣ ਲੱਗ ਪਿਆ ਚੰਗਾ ਹੋਇਆ ਭੈਣੇ ਤੂੰ ਆ ਗਈ ਮੈਂ ਕੱਲਾ ਕਿਨੂ ਕਿਨੂ ਸਾਂਭਦਾ ਬਾਪੂ ਤਾਂ ਗੁੰਮਸੂਮੀ ਹੋ ਗਿਆ ਤੇਰੇ ਤੁਰਨ ਮਗਰੋਂ ਆਪਣੇ ਭਰਾ ਦੀ ਇਹ ਗੱਲ ਸੁਣ ਕੇ ਉਹ ਉੱਚੀ ਉੱਚੀ ਰੋਣ ਲੱਗ ਪਈ ਤੇ ਬੋਲੀ ਰੋ ਨਾ ਵੀਰੇ ਮੈਂ ਹੈਗੀ ਆਂ ਦੋਵੇਂ ਭੈਣ ਭਰਾ ਇੱਕ ਦੂਜੇ ਨੂੰ ਹੌਸਲਾ ਦੰਦੇ ਤੇ ਆਪਣੀ ਮਾਂ ਦੇ ਠੀਕ ਹੋਣ ਦਾ ਇੰਤਜ਼ਾਰ ਕਰਨ ਲੱਗੇ। ਹਸਪਤਾਲ ਵਿੱਚ ਰਹਿੰਦੇ ਆਂ ਮਾਂ ਦੇ ਫਿਕਰਾਂ ਵਿੱਚ ਸੁਧ-ਬੁਧ ਭੁੱਲ ਚੁੱਕੀ ਸੀ। ਉਹ ਡਾਕਟਰ ਕੁਝ ਨਾ ਦੱਸਦੇ ਕਿ ਮਾਂ ਨੂੰ ਕੀ ਹੋਇਆ। ਭੂਆ ਨੇ ਸਾਡਾ ਬਹੁਤ ਡੰਗ ਸਾਰਿਆ। ਹਸਪਤਾਲ ਵਿੱਚ ਜੇ ਕੋਈ ਮੇਰਾ ਚੂੜਾ ਦੇਖ ਕੇ ਪੁੱਛਦਾ ਕਿ ਹੁਣੇ ਵਿਆਹ ਹੋਇਆ ਲੱਗਦਾ। ਮੇਰਾ ਰੋਣ ਨਿਕਲ ਜਾਂਦਾ। ਭੂਆ ਮੇਰੇ ਅੱਗੋਂ ਹੀ ਸਾਰੀ ਘਟਨਾ ਸੁਣਾ ਦਿੰਦੀ। ਜੀਮੀ ਉਹ ਵੀ ਕਿਸੇ ਕੋਲ ਢਿੱਡ ਫਰੋਲਣ ਨੂੰ ਤਿਆਰ ਬੈਠੀ ਹੋਵੇ। ਭੂਆ ਤੇ ਅੱਖਾਂ ਭਰ ਕੇ ਆਖਦੀ ਕਿ ਮੇਰੀ ਮਾਂ ਤਾਂ ਨਿੱਕੀ ਹੁੰਦੀ ਮੁੱਕ ਗਈ ਸੀ। ਬਚਪਨ ਵਿੱਚ ਕੰਧਾਂ ਕੋਲਿਆਂ ਨਾਲ ਲੱਗ ਰੋ ਕੇ ਗੁਜ਼ਾਰ ਲਿਆ ਕਰਦੀ। ਪਰ ਜਦੋਂ ਵੀਰੇ ਦਾ ਵਿਆਹ ਹੋਇਆ ਉਦੋਂ ਪਤਾ ਲੱਗਾ ਕਿ ਕੰਧਾਂ ਕੋਲਿਆਂ ਰੋਣ ਲਈ ਨਹੀਂ ਹੁੰਦੇ। ਸਗੋਂ ਤੀਤੇ ਤਿਹਾਰਾਂ ਤੇ ਉਹਨਾਂ ਤੇ ਮੋਰ ਬੁੱਟੀਆਂ ਵੀ ਵਾਹਦੇ ਆ। ਪੂਆ ਆਪ ਦਾ ਤੇ ਮੇਰਾ ਸਾਂਝਾ ਜਿਹਾ ਦੁੱਖ ਮਹਿਸੂਸ ਕਰਕੇ ਮਣਾ ਮੁਹੀ ਰੋਂਦੀ ਮੈਂ ਪੂਆ ਨੂੰ ਚੁੱਪ ਕਰਾਉਂਦੀ ਤੇ ਆਖਦੀ ਰੋ ਨਾ ਪੂਆ ਤੇਰਾ ਅੱਖ ਦਾ ਆਪਰੇਸ਼ਨ ਹੋਏ ਨੂੰ ਹਲੇ ਥੋੜੇ ਦਿਨ ਹੋਏ ਆ ਹੋਰ ਨਾ ਕੰਮ ਵਧਾ ਲਵੀ ਤੇ ਪੂਆ ਚੁੱਪ ਹੋ ਜਾਂਦੀ ਚੁੰਨੀ ਦਾ ਰੁਗ ਜਿਹਾ ਬਣਾ ਕੇ ਬੋਲਾਂ ਤੇ ਧਰ ਆਪ ਦੇ ਆਪ ਨੂੰ ਚੁੱਪ ਕਰਵਾਉਂਦੀ ਹਸਪਤਾਲ ਵਿੱਚ ਰੋਟੀ ਖਾਂਦੇ ਤਾਂ ਮੂੰਹ ਵਿੱਚ ਫੁੱਲਣ ਲੱਗ ਜਾਂਦੀ ਢਿੱਡ ਤਾਂ ਮਾਂ ਦੇ ਫਿਕਰਾਂ ਨਾਲ ਭਰਿਆ ਪਿਆ ਸੀ। ਭੁੱਖ ਪਿਆਸ ਵੀ ਕੁਝ ਅਹਿਸਾਸ ਨਹੀਂ ਸੀ ਹੁੰਦਾ। 25 ਦਿਨਾਂ ਬਾਅਦ ਮਾਂ ਨੂੰ ਹਸਪਤਾਲੋਂ ਛੁੱਟੀ ਮਿਲ ਗਈ ਸੀ। ਮਾਂ ਦੇ ਚਿਹਰੇ 'ਤੇ ਰੌਣਕ ਸੀ ਪਰ ਸਰੀਰ ਬਹੁਤ ਕਮਜ਼ੋਰ ਹੋ ਚੁੱਕਿਆ ਸੀ। ਘਰ ਆਉਣ ਤੱਕ ਮਾਂ ਰਸਤੇ ਵਿੱਚ ਮੇਰੇ ਹੱਥ ਨੂੰ ਘੁੱਟ ਕੇ ਫੜੀ ਬੈਠੀ ਰਹੀ। ਮੇਰੇ ਚਿਹਰੇ 'ਤੇ ਮੁਸਕਰਾਹਟ ਸੀ। 7 ਦਿਨ ਮਾਂ ਕੋਲ ਰਹਿਣ ਮਗਰੋਂ ਭੂਆ ਕਹਿਣ ਲੱਗੇ ਹੁਣ ਕੁੜੀ ਨੂੰ ਸਹਰੇ ਛੱਡ ਆਈਏ ਐਤਵਾਰ ਨੂੰ ਮੈਂ ਤਿਆਰ ਹੋਗੀ ਮਾਂ ਕੋਲ ਜਾ ਕੇ ਕਿਹਾ ਚੰਗਾ ਮਾਂ ਛੇਤੀ ਗਿੜਾ ਮਾਰੂ ਖਿਆਲ ਰੱਖਿਓ ਮਾਂ ਨੇ ਆਪਣੇ ਹੱਥ ਵਿੱਚ ਪਾਈ ਛਾਪ ਮੱਲੂ ਮੱਲੀ ਮੇਰੀ ਉਂਗਲ ਵਿੱਚ ਪਾ ਦਿੱਤੀ ਤੇਰੇ ਲਈ ਪਿਆਰ ਆ ਤੰਦਰੁਸਤ ਹੁੰਦੀ ਤਾਂ ਸੰਦੂਕ 'ਚੋਂ ਕੁਝ ਹੋਰ ਕੱਢ ਕੇ ਵੀ ਦਿੰਦੀ ਇੱਕ ਸੋਨੇ ਦੇ ਬਟਨ ਪਏ ਆ ਤੂੰ ਲੈ ਜਾਵੀਂ ਸੂਟ ਸਵਾ ਕੇ ਉਹਦੇ ਤੇ ਲਵਾ ਲਈ ਤੇਰੇ ਵਾਸਤੇ ਸੰਭੇ ਹੋਇਆ ਅਗਲੀ ਵਾਰ ਸਹੀ ਮੈਂ ਬੇਬੇ ਦਾ ਮੱਥਾ ਚੁੰਮਿਆ ਤੇ ਫਟਾਫਟ ਉਸ ਕਮਰੇ ਤੋਂ ਬਾਹਰ ਆ ਗਈ ਕਿ ਕਿਧਰੇ ਰੋਣ ਹੀ ਨਾ ਨਿਕਲ ਜਾਵੇ ਬਾਪੂ ਤੇ ਫੂਫੜ ਜੀ ਮੈਨੂੰ ਸੌਰੀ ਛੱਡ ਆਏ ਸੌਰੇ ਕਰ ਸਾਰਿਆਂ ਨੇ ਬਹੁਤ ਲਾਡ ਪਿਆਰ ਕੀਤਾ ਉਹਨਾਂ ਦੇ ਚੰਗੇ ਵਿਵਹਾਰ ਕਰਕੇ ਮੇਰਾ ਅੱਦੇ ਲੋਥੇ ਲੱਗਣ ਲੱਗ ਪਿਆ ਸੀ ਸੱਸ ਤਾਂ ਪੁੱਤ ਪੁੱਤ ਕਰਕੇ ਹਮੇਸ਼ਾ ਗੱਲ ਕਰਦੀ ਮੈਨੂੰ ਵੀ ਲੱਗਦਾ ਕਿ ਇੱਕ ਮਾਂ ਛੱਡ ਗਈਆਂ ਆ ਤੇ ਦੂਜੀ ਮਾਂ ਮਿਲ ਗਈ 10 ਦਿਨਾਂ ਬਾਅਦ ਇੱਕ ਰਾਤ ਰੋਟੀ ਖਾ ਕੇ ਵਿਹੜੇ ਵਿੱਚ ਗੇੜੇ ਕੱਢ ਰਹੇ ਸੀ ਕਿ ਪਿੰਡੋਂ ਫੋਨ ਆਇਆ ਕਿ ਮਾਂ ਨੂੰ ਅਧਰੰਗ ਦਾ ਦੌਰਾ ਪੈ ਗਿਆ ਸ਼ਹਿਰ ਲੈ ਕੇ ਚੱਲੇ ਆ ਫੋਨ ਕੱਟਿਆ ਗਿਆ ਤੇ ਇੰਜ ਲੱਗਿਆ ਫਿਰ ਤੋਂ ਕੋਈ ਮੇਰੀ ਰੂਹ ਕੱਢ ਕੇ ਲੈ ਗਿਆ ਹੋਵੇ ਉਹਨੇ ਮੈਨੂੰ ਸੰਭਾਲਿਆ ਤੇ ਕਮਰੇ ਵਿੱਚ ਲੈ ਗਿਆ ਕੱਪੜੇ ਆਪ ਪੈਕ ਕੀਤੇ ਤੇ ਕਹਿੰਦਾ ਚੱਲ ਚੱਲੀਏ ਆਪਾਂ ਵੀ ਮਾਂ ਕੋਲ ਮੈਨੂੰ ਕੋਈ ਸੁਰਤ ਨਹੀਂ ਸੀ ਕਿਵੇਂ ਪਿੰਡ ਪੁੱਜੇ ਮਾਸੀ ਮਾਸੜ ਪਿੰਡ ਆਏ ਹੋਏ ਸੀ ਤੇ ਮੈਂ ਮਾਸੀ ਦੇ ਗਲ ਲੱਗ ਕੇ ਤਾਂ ਮਾਰ ਮਾਰ ਕੇ ਰੋਣ ਲੱਗ ਪਈ ਉਹ ਮੇਰੀ ਹਾਲਤ ਦੇਖ ਕੇ ਮੈਨੂੰ ਮਾਸੀ ਕੋਲ ਪਿੰਡ ਛੱਡ ਕੇ ਆਪ ਹਸਪਤਾਲ ਚਲੇ ਗਏ ਹਸਪਤਾਲ ਦਾ ਸਾਰਾ ਅੱਗਾ ਧੱਗਾ ਉਹਨਾਂ ਆਪ ਸੰਭਾਲਿਆ ਬਾਪੂ ਦੇ ਭੂਆ ਨੂੰ ਘਰ ਭੇਜ ਦਿੱਤਾ ਤੇ ਕਿਹਾ ਮੈਂ ਤੇ ਸਰ ਵੀ ਇੱਥੇ ਸਾਂਭ ਲਵਾਂਗੇ ਉਹਨੇ ਪੁੱਤ ਬਣ ਕੇ ਸਾਰੀ ਜ਼ਿੰਮੇਵਾਰੀ ਨਿਭਾਈ ਡਾਕਟਰ ਨੇ ਕਿਹਾ ਕਿ ਅਦਰੰਗ ਦੇ ਕਰਕੇ ਸ਼ਾਇਦ ਇੱਕ ਪਾਸਾ ਮਾਰਿਆ ਜਾਵੇ ਸ਼ਾਇਦ ਕਦੇ ਚੰਗੀ ਤਰ੍ਹਾਂ ਬੋਲ ਵੀ ਨਾ ਸਕਣ ਮਾਂ ਨੂੰ ਠੀਕ ਹੋਣ ਤੇ 10 ਦਿਨ ਬਾਅਦ ਘਰ ਲੈ ਆਉਂਦਾ ਬਥੇਰੀਆਂ ਦੱਸਾਂ ਪੈਂਦੀਆਂ ਕਿ ਫਲਾਣੇ ਥਾਂ ਅਫੀਮ ਦਾ ਟੀਕਾ ਲੱਗਦਾ ਹੈ ਉਹਦੇ ਨਾਲ ਠੀਕ ਹੋ ਜਾਂਦਾ ਜਿੱਥੇ ਕੋਈ ਦੱਸਦਾ ਉੱਥੇ ਲੈ ਤੁਰਦੇ ਮਾਂ ਨੂੰ ਮਾਂ ਥੋੜਾ ਬਹੁਤਾ ਤੁਰ ਫੇਰ ਸਕਦੀ ਸੀ ਪਰ ਸਾਫ਼ ਬੋਲ ਨਹੀਂ ਸੀ ਸਕਦੀ ਇੱਕ ਖੱਬੀ ਬਾਹ ਹਮੇਸ਼ਾ ਕੰਬਦੀ ਰਹਿੰਦੀ ਦਵਾਈ ਲੈਂਦੀ ਤਾਂ 2 ਦਿਨ ਘੰਟੇ ਠੀਕ ਰਹਿੰਦੀ ਫਿਰ ਬਾ ਉਹਵੇਂ ਕੰਬਣ ਲੱਗ ਜਾਂਦੀ ਸਾਰੇ ਕਹਿਣ ਲੱਗੇ ਕਿ ਕਿਤੇ ਨਾ ਲੈ ਕੇ ਜਾਓ ਇੰਨਾ ਬਹੁਤ ਆ ਕਿ ਆਪ ਦਾ ਆਪ ਸੰਭਾਲੀ ਫਿਰਦੀ ਆ ਸਾਰੇ ਪਾਸੇ ਹੱਥ ਮਾਰ ਆਖਰ ਰੱਬ ਦਾ ਭਾਣਾ ਮੰਨ ਲਿਆ ਮਾਂ ਦੀ ਹਾਲਤ ਦੇਖ ਕੇ ਆਪਣਾ ਮਨ ਵਿੱਚੋਂ ਵਿੱਚ ਝੁਰਦਾ ਰਹਿੰਦਾ ਮੈਂ 2 ਮਹੀਨੇ ਪੀਕੀ ਰਹੀ ਤੇ ਭੂਆ ਕਹਿੰਦੀ ਫਿਰ ਸੋਹਰੇ ਪਿੰਡ ਜਾਈ ਪਹਿਲਾਂ ਰੋਟੀ ਦਾ ਹਿੱਲਾ ਕਰਕੇ ਜਾ ਕੋਈ ਆਪਾਂ ਨੀਕੇ ਦਾ ਵਿਆਹ ਕਰ ਦੰਨੇ ਆ ਰਿਸ਼ਤੇ ਆਉਣ ਲੱਗੇ ਪਰ ਨੀਕੇ ਦੇ ਮਨ ਵਿੱਚ ਕੀ ਚੱਲ ਰਿਹਾ ਸੀ ਕਿਸੇ ਨੂੰ ਨਹੀਂ ਸੀ ਪਤਾ ਉਹਨੇ 12ਵੀਂ ਪਾਸ ਕਰ ਲਈ ਤੇ ਮੈਂ ਜਾਣਦੀ ਸੀ ਕਿ ਉਹ ਕੈਨੇਡਾ ਜਾਣ ਦਾ ਸੁਪਨਾ ਮਨ ਵਿੱਚ ਲਾਈ ਬੈਠਾ ਪਰ ਮਾਂ ਦੀ ਹਾਲਤ ਮੂਰੇ ਚੁੱਪ ਰਿਹਾ ਤਾਈ ਨੇ ਆਪਣੀ ਭੈਣ ਦੀ ਕੁੜੀ ਦਾ ਰਿਸ਼ਤਾ ਕਰਵਾ ਦਿੱਤਾ ਵਿਆਹ ਵਾਲੇ ਦਿਨ ਜਦ ਡੋਲੀ ਘਰ ਆਈ ਮਾਂ ਨੇ ਪਾਣੀ ਵਾਰਨਾ ਸੀ ਮੈਨੂੰ ਮਾਂ ਕਿਧਰੇ ਨਾ ਦੇਖੀ ਤੇ ਮੈਂ ਪਾਣੀ ਵਾਲੀ ਗੜਵੀ ਚੁੱਕ ਕੇ ਮਾਂ ਨੂੰ ਲੱਭਦੀ ਰਹੀ ਸਾਰੇ ਕਿਤੇ ਲੱਭਣ ਤੋਂ ਬਾਅਦ ਦੇਖਿਆ ਮਾਂ ਨਹਾਉਣ ਵਾਲੇ ਗੁਸਲਖਾਨੇ ਵਿੱਚ ਡਿੱਗੀ ਪਈ ਸੀ ਬੇਸੁਰਤ ਇੱਕ ਵਾਰ ਫਿਰ ਪੈਰਾਂ ਥਲੇ ਜ਼ਮੀਨ ਖਿਸਕ ਗਈ ਮੈਂ ਉਸੇ ਸ਼ਗਨਾ ਵਾਲੀ ਗੜਵੀ ਨਾਲ ਗੜਵੀ ਨਾਲ ਮਾਂ ਨੂੰ ਪਾਣੀ ਪਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਤੋਂ ਪਿੱਤ ਨਾ ਗਿਆ ਨੇ ਵੀਰੇ ਦੇ ਭੂਆ ਹੋਰਾਂ ਨੂੰਵਾਜਾ ਮਾਰੀਆਂ ਕਿ ਮਾਂ ਨੂੰ ਦੌਰਾ ਪੈ ਗਿਆ ਆਜੋ ਛੇਤੀ ਗੜਵੀ ਵਾਲਾ ਪਾਣੀ ਵੀ ਉੱਥੇ ਡੁੱਲ ਗਿਆ ਮਾਂ ਨੂੰ ਚੁੱਕ ਕੇ ਵੇੜੇ ਵਿੱਚ ਲੈ ਆਏ ਤੇ ਗੱਡੇ ਵਿੱਚ ਪਾ ਕੇ ਸ਼ਹਿਰ ਲੈ ਜਾਣਾ ਚਾਹਿਆ ਪਰ ਮਾਂ ਪਿੰਡ ਦੀ ਜੂ ਟੱਪ ਦੇ ਸਵਾਸ ਤੇ ਆ ਗਈ ਸੀ ਜਿਨੇ ਪਾਣੀ ਵਾਰਨਾ ਸੀ ਪਤਾਸਿਆਂ ਨਾਲ ਮੂੰਹ ਝਟਾਉਣਾ ਸੀ ਉਹ ਤਾਂ ਸੱਥਰ ਤੇ ਪਈ ਸੀ ਤੇ ਨੀਕਾ ਵੀਰ ਹਲਫਿਆ ਪਿਆ ਸੀ ਕਿ ਕੀ ਕਰਤਾ ਰੱਬਾ ਸਾਡੇ ਨਾਲ ਨਵੀਂ ਵਿਆਹੀ ਕਦੇ ਮੈਨੂੰ ਚਪਕਰਾਉਂਦੀ ਕਦੇ ਵੀਰੇ ਨੂੰ ਉਹ ਵਿਚਾਰੀ ਫਿਰ ਉਸੇ ਮੇਰੇ ਵਾਲੀ ਥਾਂ ਤੇ ਖੜੀ ਸੀ ਜਿਵੇਂ ਮੇਰੇ ਵਿਆਹ ਤੇ ਹੋਇਆ ਸੀ ਮਾਂ ਤੋਂ ਬਾਅਦ ਮਹੀਨਾ ਪੇਕੇ ਫੇਰ ਰਹੀ ਫਿਰ ਆਪਣੇ ਸਹੁਰੇ ਚਲੀ ਗਈ ਮੇਰਾ ਉੱਥੇ ਹੁਣ ਦਿਲ ਨਹੀਂ ਸੀ ਲੱਗ ਰਿਹਾ ਕੋਈ ਹੱਸਦਾ ਤਾਂ ਮੈਨੂੰ ਦਿਓ ਵਰਗਾ ਲੱਗਦਾ ਮੈਂ ਪਰਿਵਾਰ 'ਚ ਜਿਆਦਾ ਨਾ ਬੈਠਦੀ ਸਭ ਨੂੰ ਮੇਰਾ ਸੁਭਾਅ ਉਖੜਿਆ-ਉਖੜਿਆ ਲੱਗਦਾ ਮੈਂ ਆਪਣੇ ਹਮਸਫਰ ਨਾਲ ਗੱਲ ਸ਼ੇਅਰ ਕਰਦੀ ਕਿ ਮੇਰੇ ਦਿਮਾਗ 'ਚ ਆਤਮਹੱਤਿਆ ਕਰਨ ਬਾਰੇ ਵਿਚਾਰ ਆਉਂਦੇ ਨੇ ਮਾਂ ਤੋਂ ਬਾਅਦ ਐਵੇਂ ਲੱਗਦਾ ਕਿ ਦੁਨੀਆ ਖਤਮ ਹੋ ਗਈ ਹੋਵੇ ਜ਼ਿੰਦਗੀ ਦਾ ਕੋਈ ਮਤਲਬ ਹੀ ਨਹੀਂ ਰਿਹਾ ਉਹ ਮੈਨੂੰ ਬਥੇਰਾ ਸਮਝਾਉਂਦੇ ਆਖਰ ਇੱਕ ਦਿਨ ਉਹਨਾਂ ਨੇ ਮੇਰੀ ਸਹਿਮਤੀ ਨਾਲ ਫੈਸਲਾ ਲਿਆ ਕਿ ਆਪਾਂ ਬੱਚਾ ਕਰਦੇ ਹਾਂ ਕਿ ਸ਼ਾਇਦ ਮੇਰਾ ਮਨ ਠੀਕ ਹੋ ਜਾਵੇ। ਸਾਲ ਬਾਅਦ ਮੇਰੇ ਘਰ ਧੀ ਨੇ ਜਨਮ ਲਿਆ। ਜਮਾ ਮਾ ਵਰਗਾ ਮਹਾਂਦਰਾ। ਪਹਿਲੀ ਵਾਰ ਜ਼ਿੰਦਗੀ 'ਚ ਇੰਨੀ ਖੁਸ਼ੀ ਹੋ ਰਹੀ ਸੀ ਤੇ ਮੈਂ ਆਪਣੀ ਧੀ ਨੂੰ ਵਾਰ-ਵਾਰ ਚੁੰਮ ਰਹੀ ਸੀ। ਧੀ ਦੇ ਆਉਣ ਤੋਂ ਬਾਅਦ ਮੇਰਾ ਸੁਭਾਅ ਬਦਲਣ ਲੱਗਿਆ। ਮੈਨੂੰ ਸਾਰੇ ਪਰਿਵਾਰ ਦੇ ਹਰ ਜੀ ਹੁਣ ਪਿਆਰ ਆਉਣ ਲੱਗਿਆ ਸੀ। ਮੈਂ ਆਪਣੀ ਧੀ ਨੂੰ ਪਿਆਰ ਨਾਲ ਸਿਭੋ ਆਖਦੀ। ਜਿਵੇਂ ਮਾਂ ਨੂੰ ਕਦੇ-ਕਦੇ ਕਹਿ ਲੈਂਦੀ ਸੀ ਕਿ ਸਿਬੋ ਕੀ ਕਰਦੀ ਆ ਭਾਵੇਂ ਮਾਂ-ਬਾਪ ਸਾਰੀ ਉਮਰ ਲੋੜੀਦੇ ਨੇ ਪਰ ਇਸ ਨਵੇਂ ਜੀ ਨੇ ਮੇਰਾ ਮਾਂ ਵਾਲਾ ਜ਼ਖਮ ਕਾਫੀ ਹੱਦ ਤੱਕ ਭਰ ਦਿੱਤਾ ਸੀ ਮਾਂ ਯਾਦ ਆਉਂਦੀ ਤਾਂ ਨਿੱਕੀ ਜਹੀ ਸਿਬੋ ਨੂੰ ਗੱਲ ਲਾ ਲੈਂਦੀ ਆ ਤੇ ਉਹ ਵੀ ਮੈਨੂੰ ਨਿੱਕੀਆਂ-ਨਿੱਕੀਆਂ ਬਾਹਾਂ ਵਿੱਚ ਭਰ ਲੈਂਦੀ ਆ ਪਰ ਅੰਦਰੋਂ ਅੰਦਰ ਇੱਕ ਹੌਕਾ ਜ਼ਰੂਰ ਰਿਸਦਾ ਏ ਜੋ ਸਾਰੀ ਉਮਰ ਰਿਸਤਾ ਰਹੂਗਾ ਪਾਵੇਂ ਮੈਂ ਨਾਨੀ ਦਾਦੀ ਬਣ ਜਾ। ਹਾਂ ਸੱਚ ਮਾਂ ਦੇ ਕਹੇ ਉਹ ਬਟਨ ਹਾਲੇ ਤੱਕ ਵੀ ਮੇਰਾ ਹੌਸਲਾ ਨਹੀਂ ਪਿਆ ਕਿ ਮਾਂ ਦਾ ਸੰਦੂਕ ਖੋਲ ਕੇ ਉਹ ਬਟਨ ਕੱਢ ਲਵਾਂ। ਭਾਵੇਂ ਲੱਖ ਭਰਾ ਪਰਜਾਈਆਂ ਮੋਹ ਕਰਦੇ ਹੋਣ ਪਰ ਅਸਲ ਛਾ ਮਾਂ ਨਾਲ ਹੀ ਪੁੱਗਦੇ ਨੇ। ਅਰਦਾਸ ਕਰਦੀਆਂ ਕਿ ਮੇਰੀ ਧੀ ਦੀ ਕਿਸਮਤ ਮੇਰੇ ਵਰਗੀ ਨਾ ਹੋਵੇ। ਦੋਸਤੋ ਏਸੀ ਅੱਜ ਦੀ ਕਹਾਣੀ ਉਮੀਦ ਕਰਦੀ ਆਂ ਜੀ ਤੁਹਾਨੂੰ ਪਸੰਦ ਆਈ ਹੋਵੇਗੀ ਮਿਲਦੇ ਆ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣਾ ਤੇ ਆਪਣਿਆਂ ਦਾ ਖਿਆਲ ਰੱਖਿਓ ਜੀ